स्काई न्यूज़ पंजाब एक बार फिर दर्शकों का स्वागत है। मैं शिव नारायण जांगड़ा। दिन प्रतिदिन जिथे कोरोना महामारी वधदी जा रही है, केस दिन प्रतिदिन वधदे जा रहे हैं, भावें इसनूं रिकवर किया जा रहा है, पर फिर भी लोगों के विच अज खौफ का माहौल है। पिछले दिन ही गल करिए, जिवें जिवें केस वधदे जा रहे हैं, वख-वख प्रदेशों के मुख्यमंत्रियों नूं, वड्डे-वड्डे अधिकारियों नूं भी कोरोना होया। कई थावां दे उत्ते कुछ लोगों की, वड्डे मंत्रियों की भी मौत हुई, पर उसके बावजूद अज करोना का जिहड़ा दौर है वह लगातार जारी है। खास तौर पर असीं गल कर रहे हैं कि हुण पंजाब सरकार ने जिहड़े कोविड सेंटर सीगे उन्हां नूं बंद करन दा ऐलान कीता है, और यह ऐलान किते साडे उत्ते भारू ना पै जावे, इस दे लई साडे नाल हाज़र ने डॉक्टर दलेर सिंह मुल्तानी, जो कि सिविल सर्जन रिटायर होए ने। सब तो पहला मुल्तानी साहब, बहुत बहुत स्वागत तुहाडा स्काई न्यूज़ पंजाब विच। सर, जिस तरीके दे नाल सरकार ने कोविड सेंटर बंद करन दा ऐलान कीता है, किते खतरे की घंटी तो नहीं? वैसे खतरे की घंटी बारे तो मैं लगता है कि सरकार ही दस सकती है, पर जो तुम्हें याद हो कभी कि जिहड़ा तुसीं कोविड सेंटर कह रहे हो, वैसे इसनूं थोड़ा जिहा वैसे भी समझने की जरूरत है। ये बेसिकली जिहड़ा लैवल वन वाला सीगे ना, जिहड़े हॉस्पिटल्स जिथे आइसोलेशन वार्ड इन्होंने बनाए हुए सी, उन्होंने पेशेंट वास्ते जिहड़े करोना पॉजिटिव ने लेकिन एसिम्पटोमैटिक से या माइल्ड वाला सीगा, उन्होंने बेसिकली बंद किया। सो इहदे विच थोड़ा डिफरेंशिएट करना पवेगा, जिहड़े जिथे ट्रीटमेंट किया जाता सीगा, दो तरह का लैवल उन्होंने भी बनया, जिथे बहुत ज़्यादा सीरीयस मरीज जिथे आप कहें हॉस्पिटल भेज देंगे, बेसिकली जिहड़े हॉस्पिटल सीगे जां जिथे उन्हां नूं ऑक्सीजन लगा के आपां कहिंदे सी वी जरूरत पैंदी है, उस तों पहले वाला जिहड़ा लैवल सीगा उन्हां नूं बंद कीता हुण उन्होंने। पर जगरा जी, जे तुसीं देखो कि सरकार किन्नी गंभीर है, इहदे बारे आपां नूं सोचण दी जरूरत है कि सरकार पहलां गलत सी कि सरकार हुण गलत है। जे तुहानूं याद होवे कदी कि जदों पहला केस स्टार्ट दे विच ही होया, उस टाइम दे उत्ते फरीदकोट दे डीसी ने पुलिस नूं इनफॉर्म करके वह बंदा कहिंदा रह गया कि मैनूं घर जा लैंदे जी, ਕਹਿੰਦੇ ਨਹੀਂ ਤੈਨੂੰ ਇੱਥੇ ਰੱਖਾਂਗੇ ਅਸੀਂ। ਅੱਜ ਵੀ ਸਟੋਰੀ ਇਹੀ ਹੈ ਸਰ ਜੀ 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 ਕਿ ਸਰਕਾਰ ਆਈਸੋਲੇਸ਼ਨ ਬਾਰੇ ਕਦੀ ਵੀ ਫਿਕਸਡ ਪਾਲਿਸੀ ਬਣਾ ਹੀ ਨਹੀਂ ਸਕੀ। ਉਹ ਨਾ ਬਣਾਉਣ ਦਾ ਹੀ ਕਾਰਨ ਸੀਗਾ ਜੇ ਪਿੱਛੇ ਜੇ ਕਿੰਨੀਆਂ ਸਾਰੀਆਂ ਰਿਊਮਰਸ ਫੈਲੀਆਂ ਕਿ ਇਹਨਾਂ ਨੂੰ ਪੈਸੇ ਮਿਲਦੇ ਆ ਜੀ, ਇੱਥੇ ਧੱਕੇ ਨਾਲ ਰਹਿੰਦੇ ਆ ਜੀ, ਇਹ ਜਿਹੜਾ ਹੈਗਾ ਇਹ ਟੈਸਟ ਧੱਕੇ ਨਾਲ ਕਰਵਾਉਂਦੇ। ਸੋ ਇਸ ਕਰਕੇ ਖਤਰਾ ਨਾ ਖਤਰਾ ਜਿਹੜਾ ਹੈਗਾ ਨਾ, ਉਹ ਬੇਸਿਕਲੀ ਸਰਕਾਰ ਨੇ ਬਣਾਇਆ, ਤੇ ਇਸ ਦਾ ਜਵਾਬ ਤਾਂ ਹੁਣ ਸਰਕਾਰ ਹੀ ਦੇਗੀ ਵੀ ਇਹਨਾਂ ਨੇ ਜਿਹੜਾ ਹੈਗਾ ਕਿਉਂ ਬੰਦ ਕੀਤਾ। ਸਰ, ਸਰਕਾਰ ਤਾਂ ਹੁਣ ਗੱਲ ਹੀ ਉਹ ਨਹੀਂ ਰਹੀ, ਰਾਹੁਲ ਗਾਂਧੀ ਪੰਜਾਬ ਆਏ ਨੇ, ਤਿੰਨ ਦਿਨਾਂ ਦੇ ਦੌਰੇ 'ਤੇ ਰਹੇ ਨੇ, ਅਤੇ ਖੁੱਲ੍ਹੇਆਮ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਨੇ, 144 ਹੁਣ ਤਾਂ 288 ਕਹਿ ਲਓ ਜਾਂ 585 ਕਹਿ ਲਓ, ਕੋਈ ਫਰਕ ਨਹੀਂ ਹੈ। ਮੈਂ ਤਾਂ ਇੱਥੇ ਤੱਕ ਵੀ ਕਹਿਤਾ ਕਿ ਜਿਹੜੀ ਸਰਕਾਰ ਲੋਕਾਂ ਨੂੰ ਕਾਰ 'ਚ ਬੈਠਿਆਂ ਨੂੰ ਮਾਸਕ ਨਾ ਪਾ ਕੇ ਲਾਉਂਦੀ ਸੀ ਜੀ, ਜੁਰਮਾਨੇ ਲਾਉਂਦੀ ਸੀ, ਇਹਨਾਂ ਨੇ ਕਰੋੜਾਂ ਰੁਪਏ ਇਕੱਠੇ ਕੀਤੇ, ਅੱਜ ਕਿਉਂ ਨਹੀਂ ਜਿਹੜੀ ਸਰਕਾਰ ਹੁੰਦੀ ਘੜੀ ਟਰੈਕਟਰਾਂ 'ਤੇ ਭੱਜੀ ਫਿਰਦੀ ਆ, ਕਿਉਂ ਨਹੀਂ ਉਹਨਾਂ ਨੂੰ ਜੁਰਮਾਨੇ ਲਾਏ ਜਾਂਦੇ, ਕਿਉਂ ਨਹੀਂ ਉਹਨਾਂ ਦੇ ਵਿਰੁੱਧ ਕੇਸ ਦਰਜ ਹੋਇਆ? ਤੁਸੀਂ ਦੇਖੋ ਕਿ ਰਾਹੁਲ ਗਾਂਧੀ ਬੈਠੇ ਨੇ ਇੱਕ ਪਾਸੇ, ਕੈਪਟਨ ਅਮਰਿੰਦਰ ਸਿੰਘ ਬੈਠੇ ਨੇ ਦੂਜੇ ਪਾਸੇ, ਸੁਨੀਲ ਜਾਖੜ ਬੈਠੇ ਨੇ, ਔਰ ਉਹਨਾਂ ਦੇ ਪਿੱਛੇ ਦੋ ਦੋ ਬੰਦੇ ਗਨਮੈਨਸ ਵੀ ਖੜੇ ਨੇ। ਕਿੱਡਾ ਕਿੱਡੀ ਕੁ ਵੱਡੀ ਉਹ ਕਾਰ ਹੈ, ਬੱਸ ਹੈਗੀ ਹੈ ਜਿਹਦੇ 'ਤੇ ਬੈਠੇ ਹੋਏ ਹਾਂ ਜੀ। ਸੋ ਇਸ ਕਰਕੇ ਇਹਦਾ ਮਤਲਬ ਸੀਗਾ ਕਿ ਜਿਹੜੀ ਤੁਸੀਂ ਸਵਾਲ ਪੁੱਛਿਆ ਵੀ ਇਹ ਖਤਰੇ ਦੀ ਘੰਟੀ ਨਹੀਂ, ਖਤਰੇ ਦੀ ਘੰਟੀ ਤਾਂ ਇਹਨਾਂ ਨੇ ਫਿਰ ਬਿਨਾਂ ਸਿਸਟਮ ਦੇ ਵਜਾਈ ਹੋਈ ਹੈ ਵਿੱਚ ਜੀ। ਅੱਜ ਇਹਨਾਂ ਨੇ ਬੇਸਿਕਲੀ ਉਸ ਦਿਨ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਇਹਦਾ ਪੋਲੀਟੀਕਲ ਬੈਨੀਫਿਟ ਲੈਣ ਵਾਸਤੇ ਜਦੋਂ ਦਾ ਕਿਸਾਨਾਂ ਦੇ ਨਾਲ ਧੱਕਾ ਹੋਇਆ, ਇਹ ਆਪਣਾ ਧੱਕਾ ਕਰਨ ਲੱਗੇ, ਆਪਣਾ ਧੱਕਾ ਕਰ, ਹਾਂ ਮਤਲਬ ਹੋਇਆ ਕਿਸਾਨਾਂ ਨਾਲ ਧੱਕਾ, ਇਹ ਉਹਦੇ ਉੱਪਰੋਂ ਦੀ ਧੱਕਾ ਮਾਰਦੇ ਹੁਣ ਵਿੱਚ ਜਿਹੜਾ ਹੈਗਾ ਵੀ ਸਾਡੀਆਂ ਵੋਟਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਕਿਸਾਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ, ਕੋਈ ਸੰਬੰਧ ਇਹਨਾਂ ਨੂੰ ਲੋਕਾਂ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੈ। ਜਿਹੜੀ ਸਰਕਾਰ ਦੋ ਬੰਦੇ ਇਕੱਠੇ ਹੋਣ 'ਤੇ, ਬਲਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਇੱਕ SMO ਨੂੰ ਇਕੱਲੀ ਨੂੰ ਕਾਰ 'ਚ ਬੈਠੀ ਹੋਈ ਨੂੰ ਵੀ ਜੁਰਮਾਨਾ ਕੀਤਾ ਸੀ, ਬਿਲਕੁਲ ਕੀਤਾ ਸੀ, ਔਰ ਬਹੁਤ ਜ਼ਿਆਦਾ ਰੌਲਾ ਪਿਆ ਸੀ। ਤਿੰਨ ਤਿੰਨ ਇੱਕ ਟਰੈਕਟਰ 'ਤੇ ਬੈਠੇ ਹੋਏ ਨੇ ਜਾਂ ਪੰਜ ਪੰਜ ਇੱਕ ਟਰੈਕਟਰ 'ਤੇ ਬੈਠੇ ਹੋਏ ਨੇ, ਅਤੇ ਇਹਨਾਂ ਨੂੰ ਜੁਰਮਾਨਾ ਕਿਉਂ ਨਹੀਂ ਲੱਗਦਾ ਜੀ? ਇਹਨਾਂ ਦੇ ਵਿਰੁੱਧ ਕੇਸ ਦਰਜ ਕਿਉਂ ਨਹੀਂ? ਸਰਕਾਰ ਹੈ ਜੀ, ਨਹੀਂ ਫਿਰ ਸਰਕਾਰ ਹੈ ਤਾਂ ਫਿਰ ਸਰਕਾਰ ਲੋਕਾਂ ਨੂੰ ਬਚਾਉਣ ਵਾਸਤੇ ਹੁੰਦੀ ਹੈ, ਸਰਕਾਰ ਲੋਕਾਂ ਨੂੰ ਮਾਰਨ ਵਾਸਤੇ ਥੋੜ੍ਹੀ ਹੁੰਦੀ ਹੈ, ਖੁਦ ਬੈਠੇ ਨੇ ਜੀ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਜਿਹੜਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ, ਉਹ ਕਰੋਨਾ ਪੋਜ਼ਿਟਿਵ ਆ ਗਏ, ਹੁਣ ਵਿਪਤਾ ਪੰਜਾਬ ਦੇ ਮੁੱਖ ਮੰਤਰੀ ਨੇ, ਉੱਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਵਿਪਤਾ ਹੋ ਸਕਦਾ, ਉਹਨਾਂ ਨੂੰ ਵੀ ਇਕਾਂਤਵਾਸ 'ਚ ਜਾਣਾ ਪੈ ਜੇ? ਮੈਂ ਵੀ ਹੁਣੇ ਹੁਣੇ ਨਿਊਜ਼ ਸੁਣੀ ਹੈ ਕਿ ਸਿਹਤ ਮੰਤਰੀ ਜਿਹੜੇ ਹੈਗੇ ਨੇ ਕਰੋਨਾ ਪੋਜ਼ਿਟਿਵ। ਚਲੋ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦੀ ਸਿਹਤ ਸਿਹਤਯਾਬੀ ਲਈ ਜੀ ਬਿਲਕੁਲ ਕਾਮਨਾ ਕਰਦੇ ਹਾਂ ਕਿ ਉਹ ਛੇਤੀ ਠੀਕ ਹੋ ਜਾਣ, ਲੇਕਿਨ ਸਿਹਤ ਮੰਤਰੀ ਨੇ ਤਾਂ ਪਹਿਲੇ ਮਹੀਨੇ ਲਿਖ ਕੇ ਬਾਹਰ ਲਾਤਾ ਸੀਗਾ ਕਿ ਜਿਹੜੀ ਹੈਗੀ ਆ ਪਬਲਿਕ ਡੀਲਿੰਗ ਬੰਦ ਹੈ, ਬਿਲਕੁਲ ਠੀਕ ਹੈ, ਬਿਲਕੁਲ ਬਿਲਕੁਲ। ਸੋ ਅੱਜ ਮੰਤਰੀਆਂ ਨੇ ਮਿਲਣ ਤੋਂ ਇਨਕਾਰ ਕਰਤਾ ਸੀ, ਘਰੇ ਵੱਡੇ ਵੱਡੇ ਪਰਚੇ ਦੇਖੇ ਜਾਂਦੇ ਸੀਗੇ। ਹਾਂ ਬਿਲਕੁਲ।
सो जिस तक आप उन्होंने कली सेहत की गल है वो वास्ते तो साड़िया शुभकामना जल्दी ठीक हो जाए जरा ठीक है। लेकिन जिस तक आप डिपार्टमेंट की गल करनी है वो तो सेहत मंत्री तो मैं वैसे भी बदली मंत्री कहता रहा मैंने तो अज भी कहना तो पहला भी यही कहता डेढ़ साल हो गया डेढ़ साल मैं तो कोई कोई ऐसा काम सुनया नहीं जो सेहत मंत्री के हिस्से आप पाया सेहत मंत्री के हिस्से सिर्फ बदलिया ही है सिविल सर्जन बदली कभी एसएमओ बदली या फिर किसी भी इंपलाई कुछ मिले नहीं तुम देखो साडा सारा स्टाफ तो जो है सड़कों के किनारे बैठा है बिल्कुल जे स्टाफ सड़कों के किनारे बैठा है जिथे तुम कोई आइसोलेशन सेंटर बनाए थे उन्होंने तुम हम बंद कर दिता यद मतलब तुहाडे हिसाब नाल तां कोरोना खत्म हो गया कोरोना खत्म हो गया बिल्कुल जिथे जिन्हां ईमानदारी सैटअप बनिया होया सैटअप ज्यादा वधिया बने हुआ जिन्हों आप प्रिवेंटिव ते प्रमोटिव कहने भावें जो क्यूरेटिव की वारी आनी सी उदों तो सारा इंडिया तो सारा पंजाब इसे इक्को वाले क्योंकि क्यूरेटिव सिस्टम तो है नहीं आप सारे पता कि किसी तुम डिस्ट्रिक्ट हॉस्पिटल के कोई आईसीयू नहीं लगता यदा मतलब उतो लभना की आप कुछ कुछ भी नहीं लभना वो सैकेंड पार्ट से लेकिन फस्ट पार्ट अपने को बड़ा वधिया बनया हुआ जिदे नाल लोगों के उत्ते या लोग कोरोना का कंट्रोल किया जा सकता है लोगों को जागरूक करके कोरोना के कंट्रोल लेकिन उत्थे इन्होंने उत्थे भी तो सारी सियासत की जी बिल्कुल क्योंकि मैं शुरू ची एक गल कही सी जी हाँ क्योंकि मैं बहुत वारी मौका मिलया कोरोना दे खास करके मीडिया से बोलने का मौका मिलया मैं क्या सी दो तरह के लोग आपां नूं मारनगे जी एक है गए सियासी लोग एक है गए धार्मिक लोग तुसीं देख लियो दोने लगे हुए हैं लेकिन जिस तरीके नाल तुहाडी बेबाकी है जिस तरीके नाल तुसीं खुले दिल नाल बोल दिंदे हो हुण तां नहीं जिस टाइम तुसीं जॉब दे विच सीगे नौकरी दे दौरान भी तुसीं बिल्कुल बेबाकी दे नाल अपनी गल सच नूं कहण च की हर्ज हाँ तो कह दिंदे सी तो उसका खामियाजा भी तुहानूं कई बार भुगतना पिया मैं तो खुश रहा सुख ये बदलियां करदे सी आपां नवीं जगह ते जाके नवां काम करदे सी ते हुण भी बेबाक हो फिर तरीके नाल हुण तां खुले दिल हो गए भी रिटायर हुण तां कोई कुछ कह भी नहीं सकदा तुसीं देखो ना जे जे बीमारी नूं मैं एक दिन लिख रहा सीगा मैं एक जरा सोचो नां दा टाइटल मेरा जिहड़ा हैगा पिछले दो ढाई सालों तो आता हर रोज़ मैंने लिखना होता उस मैं लिख रहा कि हर चीज़ तो धर्म की बंदिश पाई हुई है सवेर तो उठन तो लैके रात को सौन तक जी कपड़े पाने तक खाना खाने तक धर्म की बंदिशा ने जिहड़ियां हैगियां इंडिया दे विच लगियां सिमिलरली पंजाब विच भी लगियां हुई अज दो तरह के लोगों ने कोरोना ना बीमारी समझ के तो उहदे ते सियासीकरण भी किया तो धार्मिक लीडर तो उसनूं मान ही नहीं रहे जी आ हुण तुसीं देखो किन्ने सारे त्यौहार आने हैं तुसीं आपे देख लो जो पिछे भी जो कुछ भी बीतिया फिर आम लोगों को क्यों तंग करना है जी जिदन तुहानूं ट्रैक्टरां दी जरूरत है जिदन तुहानूं रैलियां करन दी जरूरत है जिदन तुहानूं अपनी पॉलिटिक्स चुकाउण दी जरूरत है उदों तुहाडे वास्ते सारा कुछ खत्म हो गया बिल्कुल हुण ऐतवार भी खत्म हो गया हाँ हुण ऐतवार भी खत्म हाँ हुण ऐतवार भी कोरोना जिहड़ा हैगा उह ਪੱਜ ਪੁੱਜ ਗਿਆ ਪਤਾ ਨਹੀਂ ਕਿੱਥੇ ਨਹੀਂ ਸਰ ਕਰੋਨਾ ਕਰੋਨਾ ਤਾਂ ਬਾਕਾਇਦਾ ਦੱਸਦਾ ਸੀ ਮੈਂ ਐਤਵਾਰ ਨੂੰ ਨਹੀਂ ਆਵਾਂਗਾ ਮੈਂ ਰਾਤ ਨੂੰ ਆਵਾਂਗਾ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਦੇ ਵਿੱਚ ਆਵਾਂਗਾ ਇਸ ਟਾਈਮ ਬੰਦ ਰੱਖਿਓ ਨਹੀਂ ਇਹ ਤਾਂ ਸਿਰਫ ਹਾਸੇ ਵਾਲੀਆਂ ਜਾਂਗਰ ਜੀ ਗੱਲਾਂ ਨੇ ਇਹਦੇ 'ਚ ਪੰਜਾਬ ਹੋਵੇ ਜਾਂ ਭਾਰਤ ਹੋਵੇ ਕਿਉਂਕਿ ਆਪਾਂ ਪੰਜਾਬ 'ਚ ਬੈਠੇ ਇਸ ਕਰਕੇ ਆਪਾਂ ਪੰਜਾਬ ਦੀ ਜ਼ਿਆਦਾ ਗੱਲ ਕਰਾਂਗੇ ਜੇ ਆਪਾਂ ਨੂੰ ਥੋੜ੍ਹੀ ਗੱਲਾਂ ਦਾ ਜ਼ਿਆਦਾ ਪਤਾ ਪੰਜਾਬ 'ਚ ਉਹ ਤਾਂ ਭਾਰਤ 'ਚ ਵੀ ਬਹੁਤ ਕੁਛ ਰਿਹਾ ਲੇਕਿਨ ਪੰਜਾਬ ਭਾਰਤ 'ਚ ਨਰਿੰਦਰ ਮੋਦੀ ਨੇ ਕਿਤੇ ਥਾਲੀਆਂ ਖੜਕਵਾਤੀਆਂ ਕਿਤੇ ਮੋਮਬੱਤੀਆਂ ਜਗਵਾਤੀਆਂ ਬਹੁਤ ਕੁਛ ਕੀਤਾ ਉਹਨਾਂ ਨੇ ਮਤਲਬ ਜਿਹੜਾ ਮੈਂ ਇਸੇ ਕਰਕੇ ਕਿਹਾ ਸੀ ਦੋ ਤਰ੍ਹਾਂ ਦੇ ਲੋਕ ਸਿਆਸੀ ਲੋਕ ਅਤੇ ਧਰਮ ਲੋਕ ਉਹਨਾਂ ਨੇ ਤਾਲੀਆਂ ਥਾਲੀਆਂ ਦੀ ਗੱਲ ਕੀਤੀ ਮੋਮਬੱਤੀਆਂ ਦੀ ਗੱਲ ਕੀਤੀ ਇਹਨਾਂ ਨੇ ਜੈਕਾਰਿਆਂ ਦੀ ਗੱਲ ਕਰਤੀ ਜੀ ਪੰਜਾਬ ਵਿੱਚ ਜਿਹੜਾ ਹੈਗਾ ਜਦੋਂ ਕਾਂਗਰਸ ਨੇ ਜਿਹੜੇ ਜੈਕਾਰੇ ਲਵਾਏ ਆ ਤੁਸੀਂ ਬਿਲਕੁਲ ਬਿਲਕੁਲ ਧਰਮ ਬੇਸਡ ਹੀ ਲਵਾਏ ਸੀ ਜੀ ਬਿਲਕੁਲ ਹਾਂ ਤੁਸੀਂ ਇਸ ਕਰਕੇ ਮੈਂ ਤਾਂ ਤੁਹਾਨੂੰ ਦੱਸਿਆ ਕਿ ਮੈਂ ਮਾਰਚ 'ਚ ਕਹਿ ਦਿੱਤਾ ਸੀ ਕਿ ਦੋ ਤਰ੍ਹਾਂ ਦੇ ਲੋਕ ਨੇ ਤੁਹਾਨੂੰ ਪਹਿਲਾਂ ਵੀ ਮਾਰ ਰਹੇ ਨੇ ਹੁਣ ਵੀ ਮਾਰਨਗੇ ਆਮ ਲੋਕ ਤਾਂ ਵੈਸੇ ਵੀ ਪਿਸਦੇ ਆ ਹੁਣ ਤੁਸੀਂ ਆਪ ਦੇਖੋ ਨਾ ਜੋ ਕਿਸਾਨਾਂ ਦੇ ਨਾਲ ਜੋ ਕੁਛ ਇਹਨਾਂ ਨੇ ਕੀਤਾ ਜਾਂ ਕਰਨਾ ਇਹਨਾਂ ਨੇ ਕਿ ਇੱਕ ਕਾਰ 'ਚ ਦੋ ਬੰਦੇ ਬੈਠੇ ਹੋ ਤਾਂ ਉਹਨਾਂ ਦਾ ਤੁਸੀਂ ਜੁਰਮਾਨਾ ਕਰਦੇ ਹੋ 2 ਲੱਖ ਬੰਦੇ ਲੈ ਕੇ ਤੁਸੀਂ ਕਹੋ ਜੀ ਅਸੀਂ ਕਿਸਾਨਾਂ ਨੂੰ ਵਿਚਾਰੇ ਕਿਸਾਨਾਂ ਤੋਂ ਤੁਸੀਂ ਮਾਰ ਰਹੇ ਹੋ ਸੁੱਕ ਵਿੱਚ ਉਹ ਤਾਂ ਵਿਚਾਰੇ ਭੋਲੇ ਪਾਲੇ ਨੇ ਕਣਕ ਉਹਨਾਂ ਦੀ ਝੋਨਾ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੁੰਦੀ ਕੜੀ ਉਹ ਤੁਲਨਾ ਹੈ ਕਿ ਨਹੀਂ ਤੁਲਨਾ ਇੱਕ ਬਾਅਦ ਦੀ ਗੱਲ ਸਟਾਰਟ ਹੋਣੀ ਹੈ ਲੇਕਿਨ ਉਹਨਾਂ ਦਿਮਾਗ 'ਚ ਡਰ ਬੈਠ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਪਰਸੋਂ ਕਿਹਾ ਕਿ ਤੁਸੀਂ ਜਿਹੜੀਆਂ ਰੇਲ ਗੱਡੀਆਂ ਚਲੋ ਰੋਕ ਲਓ ਕੋਈ ਗੱਲ ਨਹੀਂ ਲੇਕਿਨ ਜਿਹੜੀਆਂ ਮਾਲ ਗੱਡੀਆਂ ਨੇ ਇਹਨਾਂ ਨੂੰ ਜਾਣ ਦਿਓ ਕਿਉਂਕਿ ਜੇ ਮਾਲ ਗੱਡੀਆਂ ਜਾਣਗੀਆਂ ਤਾਂ ਕਿਤੇ ਜਾ ਕੇ ਜਿਹੜੇ ਗੋਡਾਊਨਸ ਨੇ ਖਾਲੀ ਹੋਣਗੇ ਤੁਹਾਡਾ ਝੋਨਾ ਉੱਥੇ ਜਾਏਗਾ ਕਿੰਨੇ ਕੁ ਗੋਡਾਊਨ ਤੁਹਾਡੇ ਬਣੇ ਹੋਏ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ
गोडाउन की गल हो रही थी भी तीन जिहड़े वड्डे हैगे ने डिस्ट्रिक्ट संगरूर मोगा और लुधियाना विच इह तां 2012 च बन गए सीगे जी उन्हां दे अगेंस्ट ही हुण पाई जांदे ने जी अदानी बंद करो जी अंबानी बंद करो उन्हां नूं तुसीं लै के आए तुसीं हुण उन्हां दे बंद करन ते लगे होए हो दस्सो तुसीं किहड़ियां सरकारां दी आपां गल मतलब इन्ना झूठ बोलदे ने लोकां नूं इन्ना गुमराह करदे ने लोकां नूं कि आम आदमी जिहड़ा हैगा उह कल्ली बीमारी दे विच नहीं फसिया होया उह सारियां मुसीबतां च फस जांदा जी जी ਅੱਜ ਪੰਜਾਬ ਦਾ ਕਿਸਾਨ ਵੀ ਇਸੇ ਕਰਕੇ ਸਾਰੀਆਂ ਮੁਸੀਬਤਾਂ 'ਚ ਫਸਿਆ ਹੋਇਆ ਕਿਸਾਨ ਕਿਸਾਨਾਂ ਦਾ ਰਾਜਨੀਤੀਕਰਨ ਹੋ ਗਿਆ ਹੈ ਕਹਿ ਲਓ ਰਾਜਨੀਤੀਕਰਨ ਤਾਂ ਉਹਨਾਂ ਕਿਸਾਨਾਂ ਦਾ ਕਿਸਾਨ ਤਾਂ ਫਿਰ ਭੋਲਾ ਹੋ ਗਿਆ ਨਾ ਜੇ ਉਹ ਭੋਲਾ ਨਾ ਹੁੰਦਾ ਤਾਂ ਇਹੋ ਜਿਹੜੇ ਬਸ਼ਰਮ ਲੋਕ ਸੀਗੇ ਨਾ ਜਾਂ ਇਹੋ ਜਿਹੜੇ ਕਰਪਟ ਲੋਕ ਸੀਗੇ ਜਿਨ੍ਹਾਂ ਨੇ 73 ਸਾਲਾਂ ਠੱਗੀਆਂ ਮਾਰੀਆਂ ਨੇ ਅੱਜ ਆਪਾਂ ਕਰੋਨਾ ਦੀ ਗੱਲ ਕਰ ਰਹੇ ਹਾਂ ਇਹ ਰੈਲੀਆਂ ਦੀ ਗੱਲ ਕਰਦੇ ਹਾਂ ਬਿਲਕੁਲ ਠੀਕ ਹੈ ਆਪਾਂ ਜਿਹੜੀ ਹੈਗੀ ਹੈ ਬਿਮਾਰੀ ਨੂੰ ਦੇ ਇਲਾਜ ਦੀ ਗੱਲ ਕਰਦੇ ਹਾਂ ਵੀ ਮਰੀਜ਼ ਨਾ ਮਰਨ ਨਾਲੇ ਕਈਆਂ ਦੇ ਪੰਜਾਬ 'ਚ ਬੰਦੇ ਇਹ ਸੈਂਟਰ ਬੰਦ ਕਰਨ ਦੀ ਗੱਲ ਕਰਦੇ ਹਾਂ ਜੀ ਜੀ ਸੋ ਇਹਦਾ ਮਤਲਬ ਹੈਗਾ ਵੀ ਇਹ ਲੋਕ ਪੱਖੀ ਤਾਂ ਹੈ ਨਹੀਂ ਨਾ ਲੋਕ ਹਿੱਤ 'ਚ ਨਹੀਂ ਬੋਲਦੇ ਮੁਲਤਾਨੀ ਸਾਹਿਬ ਜਿਸ ਤਰੀਕੇ ਦੇ ਨਾਲ ਆਪਾਂ ਅਗਰ ਗੱਲ ਕਰੀਏ ਕਿ ਜਿਹੜੇ ਜ਼ਿਲ੍ਹਾ ਹਸਪਤਾਲ ਨੇ ਸਰਕਾਰੀ ਹਸਪਤਾਲ ਨੇ ਉੱਥੇ ਤੁਸੀਂ ਖੁਦ ਸਿਵਲ ਸਰਜਨ ਵੀ ਰਹੇ ਹੋ ਇਹਨਾਂ ਦੇ ਵਿੱਚ ਕੀ ਵਾਕਈ ਇਲਾਜ ਨਹੀਂ ਮਿਲਦਾ ਲੋਕਾਂ ਨੂੰ ਇਹਨਾਂ ਦਾ ਜਿਹੜਾ ਡੈਥ ਰੇਟ ਹੈ ਇਹ ਜ਼ਿਆਦਾ ਕਿਉਂ ਹੁੰਦਾ ਹੈ ਦੇਖੋ ਡੈਥ ਰੇਟ ਹੋਣ ਦੇ ਤਾਂ ਬਹੁਤ ਸਾਰੇ ਕਾਰਨ ਨੇ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਜਿਹੜੀ ਪਹਿਲੀ ਤੁਸੀਂ ਗੱਲ ਕਹੀ ਹੈ ਵੀ ਸਿਵਲ ਹੋਸਪਿਟਲ ਜੇ ਸਿਵਲ ਹੋਸਪਿਟਲ ਹੋਵੇ ਚਾਹੇ ਉਸ ਤੋਂ ਥੱਲੇ ਸਬ ਡਿਵੀਜ਼ਨ ਲੈਵਲ ਦੇ ਹੋਸਪਿਟਲਸ ਹੋਣ ਇਹ ਬੇਸਿਕਲੀ ਇਹ ਦੋਨੇ ਹੋਸਪਿਟਲ ਜਿਹੜੇ ਨੇ ਨਾ ਇਹ ਕਿਊਰੇਟਿਵ ਪਾਰਟ ਨੇ ਕਿਉਂਕਿ ਇਹ ਜਿਹੜੀ ਆਪਣੀ ਹੈਲਥ ਹੈ ਨਾ ਇਹ ਤਿੰਨ ਪਾਰਟ 'ਚ ਡਿਵਾਈਡਡ ਹੈ ਜੀ ਪ੍ਰੀਵੈਂਟਿਵ ਪ੍ਰਮੋਟਿਵ ਐਂਡ ਕਿਊਰੇਟਿਵ ਜਿਹੜਾ ਪ੍ਰੀਵੈਂਟਿਵ ਪ੍ਰਮੋਟਿਵ ਪਾਰਟ ਹੈ ਨਾ ਉਹ ਪੀ ਐੱਸ ਸੀ ਤੱਕ ਰਹਿ ਜਾਂਦੇ ਵਿੱਚ ਬਲੋਕ ਲੈਵਲ ਦੇ ਜਿਹੜੇ ਹੋਸਪਿਟਲਸ ਉੱਥੇ ਤੱਕ ਦਾ ਜਿਹੜੇ ਸਾਡੇ ਜਿਹੜੇ ਪ੍ਰਾਇਮਰੀ ਹੈਲਥ ਸਰਵਿਸ ਪ੍ਰਾਇਮਰੀ ਹੈਲਥ ਸੈਂਟਰਸ ਨੇ ਉਹਨਾਂ ਉੱਥੇ ਤੱਕ ਆਪਣਾ ਕੰਮ ਜਿਹੜਾ ਹੈਗਾ ਨਾ ਉਹ ਹੁੰਦਾ ਹੈ ਕਿ ਆਪਾਂ ਲੋਕਾਂ ਨੂੰ ਬਿਮਾਰੀਆਂ ਨਹੀਂ ਲੱਗਣ ਦੇਣੀਆਂ ਉਸ ਤੋਂ ਅਗਲਾ ਲੈਵਲ ਜਿਹੜਾ ਹੈਗਾ ਨਾ ਉਹ ਕਿਊਰੇਟਿਵ ਵਾਲਾ ਪਾਰਟ ਆ ਜਾਂਦਾ ਜਿਹਦੇ 'ਚ ਆਪਣੇ ਕਮਿਊਨਿਟੀ ਹੈਲਥ ਸੈਂਟਰਸ ਆਉਂਦੇ ਸੀਗੇ ਸਬ ਡਿਵੀਜ਼ਨ ਵਾਲੇ ਹੋਸਪਿਟਲ ਅਤੇ ਡਿਸਟ੍ਰਿਕਟ ਹੋਸਪਿਟਲ ਪਰ ਜੋ ਤੁਸੀਂ ਦੇਖੋ ਜੇ ਆਪਾਂ ਜੇ ਥੱਲੇ ਗੱਲ ਕਰੀਏ ਕਮਿਊਨਿਟੀ ਹੈਲਥ ਸਰਵਿਸ ਜਿਹੜੇ ਸੀ ਨਾ ਇਹ ਮਿਡਲ ਲੈਵਲ ਦਾ ਕਿਊਰੇਟਿਵ ਸੈਂਟਰ ਸੀਗਾ ਜਿੱਥੇ ਇਲਾਜ ਕਰਨਾ ਸੀਗਾ ਉੱਥੇ 4 ਸਪੈਸ਼ਲਿਸਟਾਂ ਦੀਆਂ ਪੋਸਟਾਂ ਸੀ ਮੈਨੂੰ ਨਹੀਂ ਲੱਗਦਾ ਪੰਜਾਬ ਦਾ ਕੋਈ ਵੀ ਇੱਕ ਵੀ ਹੋਸਪਿਟਲ ਪੰਜਾਬ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਜਿਹੜਾ ਹੈਗਾ ਉਹ 150 ਦੇ ਆਸੇ ਪਾਸੇ ਨਹੀਂ ਕਿਤੇ ਉੱਥੇ ਇੱਕ ਕਿਸੇ ਵੀ ਪੀ ਐੱਸ ਸੀ ਸੀ ਐੱਸ ਸੀ ਦੇ ਵਿੱਚ ਸਪੈਸ਼ਲਿਸਟ ਡਾਕਟਰ ਪੋਸਟਡ ਹੋਣ ਜੀ ਫਿਰ ਆਪਾਂ ਕਿਸ ਇਲਾਜ ਦੀਆਂ ਗੱਲਾਂ ਕਰਦੇ ਹਾਂ ਸਿਵਲ ਹੋਸਪਿਟਲ ਦਾ ਜੋ ਹਾਲ ਹੈ ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੁਣ ਜਿਵੇਂ ਮੈਂ ਫਾਜ਼ਿਲਕਾ ਤੋਂ ਰਿਟਾਇਰ ਹੋਇਆ ਉੱਥੇ ਤੁਹਾਡਾ ਮੈਡੀਸਨ ਵਾਲਾ ਡਾਕਟਰ ਉੱਥੇ ਹੈ ਨਹੀਂ ਸੀ ਈ ਐੱਨ ਟੀ ਵਾਲਾ ਉੱਥੇ ਹੈ ਨਹੀਂ ਸੀ ਆਈ ਵਾਲਾ ਉੱਥੇ ਹੈ ਨਹੀਂ ਸੀ ਤੁਹਾਡੇ ਜਿਹੜਾ ਹੈਗਾ ਉਸ ਤੋਂ ਬਾਅਦ ਸਕਿਨ ਵਾਲਾ ਡਾਕਟਰ ਉੱਥੇ ਹੈ ਨਹੀਂ ਸੀਗਾ ਉਧਰੋਂ ਉਧਰੋਂ ਫੜ ਕੇ ਐਨਸਥੀਸੀਆ ਵਾਲਾ ਲੈ ਕੇ ਆਉਂਦੇ ਸੀਗੇ ਸਰਜੀਕਲ ਵਾਲੇ ਡਾਕਟਰਸ ਉੱਥੇ ਜ਼ਰੂਰ ਦੋ ਹੈਗੇ ਸੀ ਵਿੱਚ ਬਾਕੀ ਤਾਂ ਸਿਸਟਮ ਹੀ ਹੈ ਨਹੀਂ ਸੀ ਸਾਰਾ ਉੱਥੇ ਕੁਛ ਅਤੇ ਕਦ ਕਾਹਦਾ ਡਿਸਟ੍ਰਿਕਟ ਹੋਸਪਿਟਲ ਇਸੀ ਕਰਕੇ ਸ਼ਾਇਦ ਜਿਹੜਾ ਕਰੋਨਾ ਡੈਥ ਰੇਟ ਹੈ ਇਹ ਵੱਧਦਾ ਜਾਂਦਾ ਸਰਕਾਰੀ ਹਸਪਤਾਲ ਇੱਕ ਪਾਰਟ ਆਇਆ ਕਿ ਜਿਹੜੀ ਜਿਹੜਾ ਆਪਾਂ ਇਲਾਜ ਕਰਨਾ ਸੀ ਜਿਹੜਾ ਇਮੀਡੀਏਟ ਬੰਦੇ ਦਾ ਇਲਾਜ ਹੋ ਜਾਣਾ ਚਾਹੀਦਾ ਸੀਗਾ ਉਹ ਇਲਾਜ ਨਹੀਂ ਹੋ ਪਾਇਆ ਜਿਹੜਾ ਪ੍ਰੋਪਰ ਨਹੀਂ ਹੋ ਪਾ ਸਕਦਾ ਸੀਗਾ ਕਿਉਂਕਿ ਜੇ ਉਹਦੀ ਭੱਜਾ ਭਜਾਈ ਹੁੰਦੀ ਸੀ ਤੁਸੀਂ ਦੇਖਿਆ ਕਿ ਬੰਦਿਆਂ ਨੂੰ ਅੰਦਰ ਹੀ ਨਹੀਂ ਵੜਨ ਦੇ ਰਹੇ ਚੰਡੀਗੜ੍ਹ ਵਾਲੇ ਨੇ ਆਪਣਾ ਬੰਦ ਕਰ ਲਿਆ ਪੰਜਾਬ ਵਿੱਚ ਤੁਹਾਡੇ ਕੋਲ ਵੈਸੇ ਨਹੀਂ ਹੈਗਾ ਸੋ ਇੱਕ ਤਾਂ ਜਿਹੜਾ ਆਮ ਮਰੀਜ਼ ਸੀਗਾ ਉਹ ਵੀ ਅਤੇ ਜਿਹੜਾ ਕੋਵਿਡ ਵਾਲਾ ਸੀਗਾ ਉਹਦੇ ਨਾਲ ਤਾਂ ਹੋਰ ਵੀ ਮਾੜਾ ਹੋਣਾ ਸੀਗਾ ਸੈਕਿੰਡ ਪਾਰਟ ਇਹਨੂੰ ਆਪਾਂ ਵਰਡ ਯੂਜ਼ ਕੀਤਾ ਕਿ ਜਿਹੜੀ ਇਨਫਰਾਸਟ੍ਰਕਚਰ ਸੀ ਸਿਹਤ ਸੇਵਾਵਾਂ ਸੀਗਾ ਉਹਦਾ ਆਪ ਹੀ ਮਾੜਾ ਹਾਲ ਸੀਗਾ ਦੂਸਰਾ ਐਡੀਆਂ ਵੱਡੀਆਂ ਰਿਊਮਰਸ ਫੈਲ ਗਈਆਂ ਕਿ ਇਹ ਜੀ ਅੰਗ ਕੱਢ ਲੈਂਦੇ ਆ ਜੀ ਪੈਸੇ ਮਿਲਦੇ ਆ ਜਿਹੜੀਆਂ ਕਿ ਬਿਲਕੁਲ ਗਲਤ ਸੀਗੀਆਂ ਸਰਕਾਰ ਆਪਣਾ ਸੁਨੇਹਾ ਸਹੀ ਤਰੀਕੇ ਨਾਲ ਪਹੁੰਚਾ ਵੀ ਨਹੀਂ ਪਾਈ ਲੋਕਾਂ ਸਰਕਾਰ ਨੇ ਇਸ ਕਰਕੇ ਨਹੀਂ ਨਾ ਪਹੁੰਚਾਇਆ ਕਿਉਂਕਿ ਦੇਖੋ ਜਿਹੜੀ ਕੋਈ ਸਪੋਜ ਤੁਸੀਂ ਮੇਰੇ ਕੋਲ ਕੋਈ ਸ਼ਿਕਾਇਤ ਕਰਦੇ ਹੋ ਮੈਂ ਸਿਵਲ ਸਰਜਨ ਹੈ ਨਾ ਜੀ ਤੁਹਾਡੀ ਸ਼ਿਕਾਇਤ ਸੱਚੀ ਹੋਵੇ ਤੁਹਾਡੀ ਸ਼ਿਕਾਇਤ ਝੂਠੀ ਹੋਵੇ ਇਹ ਇੱਕ ਵੱਖਰਾ ਇਸ਼ੂ ਹੈ ਪਰ ਤੁਸੀਂ ਮੇਰੇ ਕੋਲ ਸ਼ਿਕਾਇਤਾਂ ਲੈ ਕੇ ਆਏ ਨਾ ਬਿਲਕੁਲ ਮੈਂ ਆਫਿਸਰ ਇੰਚਾਰਜ ਹਾਂ ਉੱਥੇ ਮੇਰੀ ਡਿਊਟੀ ਬਣਦੀ ਹੈ ਕਿ ਤੁਹਾਡੀ ਗੱਲ ਦਾ ਮੈਂ ਜਵਾਬ ਦੇਵਾਂ ਤੁਹਾਨੂੰ ਕਲੀਅਰ ਕਰਕੇ ਦੇਵਾਂ ਕਿ ਤੁਹਾਡੀ ਸ਼ਿਕਾਇਤ ਜਿਹੜੀ ਹੈਗੀ ਆ ਉਹ ਠੀਕ ਨਹੀਂ ਹੈ ਜਾਂ ਤੁਹਾਡੀ ਸ਼ਿਕਾਇਤ ਠੀਕ ਹੈ ਜੇ ਠੀਕ ਹੈ ਤਾਂ ਉੱਤੇ ਬੰਦਾ ਐਕਸ਼ਨ ਕੀਤਾ ਜਾਵੇ ਇਹ ਜਿਹੜੀਆਂ ਰੂਮਰ ਸੀਗੀਆਂ ਜੇ ਪਿੱਛੇ ਜੇ ਸੈਂਟਰ ਗਵਰਨਮੈਂਟ ਦੀ ਟੀਮ ਵੀ ਆਈ ਉਸਨੇ ਵੀ ਇਹੀ ਗੱਲ ਕਹੀ ਹੈ ਕਿ ਪੰਜਾਬ ਵਿੱਚ ਰੂਮਰਸ ਇਸ ਲੈਵਲ ਤੱਕ ਫੈਲਣ ਦਿੱਤੀਆਂ ਕਿ ਉਸ 'ਤੇ ਐਕਟ ਹੀ ਨਹੀਂ ਕੀਤਾ ਜੀ ਔਰ ਮੇਰੇ ਵੱਲੋਂ ਵੀ ਕਈ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਹੁਣ ਵੀ ਪੈਂਡਿੰਗ ਨੇ ਕਹਿੰਦੇ ਜੀ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਸਟ ਭੇਜ ਦਿੱਤੀ ਹੋਈ ਆ ਬਈ ਅਸੀਂ ਪੰਜਾਬ ਦੀਆਂ ਗੱਲਾਂ ਕਰਦੇ ਹਾਂ ਐਕਟ ਹੈਲਥ ਜਿਹੜਾ ਹੈਗਾ ਉਹ ਸਟੇਟ ਸਬਜੈਕਟ ਹੈ ਔਰ ਤੁਸੀਂ ਲਿਸਟਾਂ ਜਿਹੜੀਆਂ ਉਹਨੂੰ ਸੈਂਟਰ ਗਵਰਨਮੈਂਟ ਨੂੰ ਭੇਜ ਰਹੇ ਹੋ ਤੁਸੀਂ ਦੇਖਿਆ ਸਾਡਾ ਇੱਕ ਕੁਆਲੀਫਾਈਡ ਡਾਕਟਰ ਵੀ ਤੁਹਾਡੇ ਪਟਿਆਲੇ ਤੋਂ ਜਿਹੜਾ ਹੈਗਾ ਸੀਗਾ ਵਿੱਚ ਡਾਕਟਰ ਅਮਰ ਸਿੰਘ ਆਜ਼ਾਦ ਜੀ ਉਹਦੇ ਨਾਲ 3-4 ਡਾਕਟਰ ਹੋਰ ਵੀ ਹੈਗੇ ਆ ਵਿੱਚ ਜਿਹੜੇ ਹੈਗੇ ਕੁਛ ਇੱਥੋਂ ਸੀਗੇ ਆਪਣੇ ਰਾਜਸਥਾਨ ਦੇ ਵਿੱਚ ਸੀਗੇ ਕੁਛ ਦਿੱਲੀ ਤੋਂ ਬੋਲਦੇ ਸੀ 3-4 ਡਾਕਟਰਸ ਮੇਰਾ ਐਕਚੁਅਲੀ ਕਹਿੰਦਾ ਮਤਲਬ ਸੀਗਾ ਕਿ ਮੈਂ ਸਰਕਾਰ ਨੂੰ ਵਾਰ ਵਾਰ ਕਿਹਾ ਕਿ ਜੇ ਅਮਰ ਸਿੰਘ ਆਜ਼ਾਦ ਸੱਚ ਬੋਲਦਾ ਹੈ ਉਹ ਕਹਿੰਦਾ ਜੀ ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ ਹੈ ਇਹ ਤਾਂ ਆਮ ਜਿਹਾ ਫਲੂ ਹੈ ਠੀਕ ਹੈ ਇਹਨਾਂ 'ਤੇ ਵੈਕਸੀਨ ਵੇਚਣੀ ਹੈ ਜੇ ਉਹ ਠੀਕ ਕਹਿੰਦਾ ਤਾਂ ਆਪਾਂ ਫਿਰ ਇਹ ਸਾਰੇ ਸਿਸਟਮ ਨੂੰ ਬੰਦ ਕਰੀਏ ਠੀਕ ਜੇ ਉਹ ਗਲਤ ਹੈ ਤਾਂ ਫਿਰ ਤੁਸੀਂ ਉਹਦੇ ਅਗੇਂਸਟ ਐਕਸ਼ਨ ਕਰੋ ਐਕਸ਼ਨ ਕਰੋ ਜੀ
एक छोटा जहा सीगा नीटू शटरां वाला जिहड़ा मशहूर जो पिछे जो होया सीगा 10 ਵੋਟਾਂ ਪਈਆਂ ਜੀ ਜੀ ਉਹਦੇ ਅਗੇਂਸਟ ਅਸੀਂ ਤਾਂ ਐਕਸ਼ਨ ਕਰਵਾ ਲਿਆ ਪਰ ਉਹ ਵਿਚਾਰਾ ਛੋਟਾ ਜਿਹਾ ਬੰਦਾ ਸੀ ਨਾ ਮੈਂ ਅੱਗੇ ਕਹਿੰਦਾ ਮੈਂ ਇਹ ਨਿੱਕੀਆਂ ਨਿੱਕੀਆਂ ਮੱਛੀਆਂ ਨੂੰ ਫੜਦੇ ਨੇ ਜਦੋਂ ਮਗਰਮੱਛ ਆਉਂਦੇ ਨੇ ਉਹ ਤੋਂ ਡਰ ਜਾਂਦੇ ਨੇ ਕਿਉਂਕਿ ਉਹ ਮਗਰਮੱਛ ਨੇ ਇਹਨਾਂ ਨੂੰ ਖਾ ਜਾਣਾ ਜੀ ਔਰ ਤੀਸਰਾ ਤੁਸੀਂ ਦੇਖੋ ਕਿ ਇੱਕ ਡਸਕਾ ਪਿੰਡ ਵੀ ਹੈਗਾ ਸੰਗਰੂਰ ਦੇ ਵਿੱਚ ਉਹਦੀ ਅਸੀਂ ਪਤਾ ਨਹੀਂ ਕਿੰਨੀਆਂ ਰਿਕੁਐਸਟ ਕਰ ਲਈਆਂ ਹੁਣ ਵੀ ਉਹ ਮੁੰਡਾ ਰੋਈ ਜਾਂਦਾ ਜਿਹਨੇ ਸ਼ਿਕਾਇਤ ਵੀ ਕੀਤੀ ਸੀ ਅਸੀਂ ਵੀ ਸ਼ਿਕਾਇਤਾਂ ਕੀਤੀਆਂ ਰਿਟਰਨ ਕੀਤੀਆਂ ਉਹ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਸੀਗਾ ਉਹੀ ਕਰੋਨਾ ਦਾ ਇਲਾਜ ਕਰੀ ਜਾਂਦਾ ਸੀ ਸਰਕਾਰ ਅਜੇ ਟਸ ਤੋਮਸ ਨਹੀਂ ਹੈ ਇਨਕੁਆਰੀਆਂ ਕਰਾਂਗੇ ਜੀ ਉਹ ਕਰਾਂਗੇ ਜੀ ਉਹ ਕਰਾਂਗੇ ਮੈਂ ਕਿਹਾ ਮੇਰੇ ਵਰਗਾ ਬੰਦਾ ਹੁੰਦਾ ਸਭ ਤੋਂ ਪਹਿਲਾਂ ਉਸ ਦਿਨ ਉਸ ਨੂੰ ਟੰਗਿਆ ਹੋਗਾ ਕਿ ਜਿੰਨੀ ਦੇਰ ਤੱਕ ਜਿਹੜੇ ਬੰਦਾ ਗਲਤ ਕੰਮ ਕਰਦਾ ਹੈ ਉਸ ਨੂੰ ਤੁਸੀਂ ਨਹੀਂ ਰੋਕਦੇ ਤੇ ਜਿਹੜਾ ਠੀਕ ਹੈ ਲੈ ਉਹਦੀ ਵੈਲਿਊ ਨਹੀਂ ਬਣਦੀ ਉਹ ਫਿਰ ਮਸ਼ੀਨਰੀ ਜਿਹੜੀ ਹੈਗੀ ਉਹ ਕੁੱਲ ਜਦੋਂ ਕੁਝ ਵੀ ਹੁੰਦਾ ਨਹੀਂ ਫਿਰ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕੁਝ ਨਾ ਕੁਝ ਹੈ ਸਹੀ ਹੈ ਹਾਂ ਉਹਦੇ ਚ ਕਿਉਂਕਿ ਤੁਸੀਂ ਐਕਟ ਹੀ ਨਹੀਂ ਕੀਤਾ ਜੀ ਨਾਲੇ ਸਾਡੇ ਮੈਂ ਤਾਂ ਅੱਗੇ ਕਹਿੰਦਾ ਹੁੰਦਾ ਸਾਡਾ ਤਾਂ ਹੈਲਥ ਮਿਨਿਸਟਰੀ ਕਹੀ ਜਾਂਦਾ ਹੁੰਦਾ ਸੀਗਾ ਜੀ ਉਹ ਲਿਵਰ ਦੀ ਦਵਾਈ ਜਿਹੜੀ ਆਗਰੇ ਮਿਲਦੀ ਹੈ ਤੇ ਫਿਰ ਮੈਂ ਦੱਸ ਕੀ ਕਰਾਂ ਸਹੀ ਗੱਲ ਹੈ ਸਹੀ ਗੱਲ ਹੈ ਐਡਾ ਵੱਡਾ ਪੀਜੀਆਈ ਹੈਗਾ ਜਿੱਥੇ ਲਿਵਰ ਟ੍ਰਾਂਸਪਲਾਂਟ ਵੀ ਹੋ ਜਾਂਦੇ ਉੱਥੇ ਸਾਡਾ ਹੈਲਥ ਮਿਨਿਸਟਰੀ ਉੱਥੇ ਲਿਆ ਕੇ ਦਵਾਈ ਲਿਆ ਕੇ ਖਾਂਦਾ ਤਾਂ ਉਹਦਾ ਕੀ ਕੀਤਾ ਜਾਵੇ ਤੀਸਰਾ ਉਹਦਾ ਜਿਹੜਾ ਸੀਗਾ ਪਾਰਟ ਜਿਹੜਾ ਮੈਂ ਬੜਾ ਆਪਾਂ ਤੁਸੀਂ ਕਿਹਾ ਸੀਗਾ ਵੀ ਕਿਉਂ ਵੱਧ ਰਿਹਾ ਡੈਥ ਰੇਟ ਜਿਹੜਾ ਜਿਵੇਂ ਪਹਿਲਾਂ ਆਪਾਂ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਘੱਟ ਹੈ ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਨੰਬਰ 2 ਪਾਰਟ ਜਿਹੜਾ ਸੀਗਾ ਕਿ ਆਹ ਜਿਹੜੀਆਂ ਰਿਊਮਰਸ ਜਿਹੜੀਆਂ ਹੈਗੀਆਂ ਸੀ ਇਸ ਨੂੰ ਆਪਾਂ ਨੰਬਰ 3 ਸੀਗਾ ਅਸਲ 'ਚ ਕਿ ਸਾਡਾ ਸਟਾਫ ਵੀ ਡੀਮੋਟੀਵੇਟਡ ਹੋ ਚੁੱਕਿਆ ਨਾ ਜੀ ਕਿ ਜਿਹੜਾ ਆਪਣਾ ਜੋ ਸਟਾਫ ਨੇ ਲੋਕਾਂ ਨੂੰ ਜਾਗਰੂਕ ਕਰਨਾ ਸੀਗਾ ਉਹ ਤਾਂ ਸੜਕਾਂ ਦੇ ਕਿਨਾਰੇ ਹੈ ਉਹ ਇਸੇ ਕਰਕੇ ਰੋ ਰਿਹਾ ਕੋਈ ਕਹਿੰਦਾ ਜੀ ਮੇਰਾ ਪ੍ਰੋਬੇਸ਼ਨ ਪੀਰੀਅਡ ਜਿਹੜਾ 3 ਸਾਲ ਤੋਂ ਜਿਹੜਾ 2 ਸਾਲ ਕਰੋ ਕੋਈ ਕਹਿੰਦਾ ਜੀ ਮੈਨੂੰ 10,000 ਦੀ ਨੌਕਰੀ ਮਿਲੀ ਹੈ ਮੇਰਾ ਜਿਹੜਾ ਵਧਾਓ ਉਹ ਤੋਂ ਸਰਕਾਰ ਨੇ ਜਿਹੜਾ ਹੈਗਾ ਕਈ ਤਾਂ ਕਹਿੰਦੇ ਤਨਖਾਹ ਹੀ ਨਹੀਂ ਮਿਲ ਰਹੀ ਹੈ ਸਰਕਾਰ ਤਾਂ ਮਿਲਦੀ ਹੀ ਨਹੀਂ ਨਾ ਫਿਰ ਤਨਖਾਹ ਤਾਂ ਮਿਲੀ ਨਹੀਂ ਸੀਗਾ ਫਿਰ ਉਹਨਾਂ ਦੀ ਸਿਕਿਉਰਿਟੀ ਹੈ ਨਹੀਂ ਸੀ ਉਹ ਮਤਲਬ ਡੀਮੋਟੀਵੇਟਡ ਹੋ ਗਏ ਪੇ ਦੇ ਹਿਸਾਬ ਨਾਲ ਵੀ ਅਤੇ ਜਿਹੜੀ ਉਹਨਾਂ ਦੀ ਜੋ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਸੀ ਉਹਦੇ ਹਿਸਾਬ ਨਾਲ ਵੀ ਜਿਹੜੇ ਹੈ ਡੀਮੋਟ ਫਿਰ ਜਿਹੜਾ ਫੋਰਥ ਪਾਰਟ ਸੀਗਾ ਉਹ ਉਹਨਾਂ ਨੂੰ ਆਪਾਂ ਕਹਿੰਦੇ ਕੋਮੋਰਬਿਡਿਟੀ ਦੀਆਂ ਆਪਾਂ ਗੱਲਾਂ ਕਰਦੇ ਹਾਂ ਹਮੇਸ਼ਾ ਸਾਰੀਆਂ ਕਰਦੇ ਹਾਂ ਵਿੱਚ ਕੋਈ ਬਲੱਡ ਪ੍ਰੈਸ਼ਰ ਸ਼ੂਗਰ ਦੀਆਂ ਹਾਂ ਇਹ ਵੀ ਗੱਲ ਜ਼ਰੂਰ ਹੈਗੀ ਕਿ ਪੰਜਾਬ ਵਿੱਚ ਕੰਪੈਰੀਟਿਵਲੀ ਉਹ ਵੀ ਇੰਡੀਆ ਦੇ ਮੁਕਾਬਲੇ 'ਚ ਜ਼ਿਆਦਾ ਹੈਗੇ ਨੇ ਵਿੱਚ ਪਰ ਉਹ ਫੈਕਟਰ ਤਾਂ ਫਿਰ ਇੰਡੀਆ 'ਚ ਹੀ ਹੈਗਾ ਸਾਰਾ ਜਿਹੜੇ ਤਿੰਨ ਚਾਰ ਜਿਹੜੇ ਮੇਨ ਫੈਕਟਰਸ ਨੇ ਉਹ ਪਹਿਲਾਂ ਆਉਣੇ ਆ ਵਿੱਚ ਜੇ ਸਰਕਾਰ ਦਾ ਫੇਲਿਓਰ ਪਹਿਲਾਂ ਆਉਣਾ ਇਹ ਕੋਮੋਰਬਿਡਿਟੀ ਨੈਕਸਟ ਪਾਰਟ ਆਉਣਾ ਵਿੱਚ ਜਿਹੜੀ ਹੈਗੀ ਸੋ ਇਹ ਮਲਟੀਪਲ ਫੈਕਟਰ ਸੀਗੇ ਜਿਹਦੇ ਕਰਕੇ ਪੰਜਾਬ ਦੀ ਡੈਥ ਰੇਟ ਵੀ ਸਰ ਪੰਜਾਬ ਦੇ ਜਦੋਂ ਕੋਈ ਮੰਤਰੀ ਕਰੋਨਾ ਪੋਜ਼ਿਟਿਵ ਹੁੰਦੇ ਆ ਤਾਂ ਉਹ ਜਾਂਦੇ ਨੇ ਫੋਰਟਿਸ ਦੇ ਵਿੱਚ ਉਹ ਜਾਂਦੇ ਨੇ ਵਿਦਾਂਤਾ ਦੇ ਵਿੱਚ ਤੇ ਜੇ ਕੋਈ ਆਮ ਬੰਦਾ ਹੁੰਦਾ ਉਹਨੂੰ ਕਹਿੰਦੇ ਨਹੀਂ ਤੂੰ ਰਜਿੰਦਰਾ ਹਸਪੀਟਲ ਚਲਾ ਜਾ ਨਹੀਂ ਤੂੰ ਗੁਰੂ ਨਾਨਕ ਦੇਵ ਹਸਪੀਟਲ ਚਲਾ ਜਾ ਤਾਂ ਉਹਨਾਂ ਨੂੰ ਸਿਵਲ ਹਸਪੀਟਲਸ ਦੇ ਵਿੱਚ ਭੇਜ ਦਿੱਤਾ ਜਾਂਦਾ ਕਾਰਨ ਕੀ ਹੈ ਪਿੱਛੇ ਕੀ ਉਹ ਮਿਨਿਸਟਰਾਂ ਨੂੰ ਲੱਗਦਾ ਵੀ ਸਾਡਾ ਸਰਕਾਰੀ ਹਸਪਤਾਲ 'ਚ ਇਲਾਜ ਨਹੀਂ ਹੋਣਾ ਇਸ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਵੀ ਇੱਕ ਕਾਰ 'ਚ ਇੱਕ ਡਾਕਟਰ ਹੋਵੇ ਤਾਂ ਉਹਦਾ ਤੁਸੀਂ ਜੁਰਮਾਨਾ ਕਰਦੇ ਹੋ ਆਪ ਇੱਕ ਟਰੈਕਟਰ 'ਤੇ 7-7 ਚੜੇ ਫਿਰੋ ਸੋ ਇਸ ਕਰਕੇ ਇਹ ਲੋਕ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਤਾਂ ਬੇਸ਼ਰਮੀ ਕਹਿੰਦਾ ਹੁੰਦਾ ਵਿੱਚ ਵੈਸੇ ਸਰਕਾਰ ਹੁੰਦੀ ਹੈ ਲੋਕਾਂ ਨੂੰ ਬਚਾਉਣ ਵਾਸਤੇ ਸਰਕਾਰ ਜਿਹੜੀ ਹੈਗੀ ਆ ਉਹ ਮਿਨਿਸਟਰ ਇਸ ਕਰਕੇ ਨਹੀਂ ਹੈਗੇ ਕਿ ਉਹ ਆਪਣੇ ਆਪ ਨੂੰ ਬਚਾਇਆ ਜਾਣ ਆਪਣੇ ਆਪ ਤਾਂ ਆਪਾਂ ਲੜਾਈ ਲੜਨੀ ਹੁੰਦੀ ਹੈ ਇੱਥੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਇਆ ਸੀ ਇਹਨਾਂ ਨੇ ਇਹਨਾਂ ਦਾ ਤਾਂ N95 ਜਿਹੜੇ ਹੈਗੇ ਆ ਜਿਹੜੇ ਸਿਰਫ ਹੈਲਥ ਪਰਸੋਨਲ ਵਾਸਤੇ ਹੁੰਦੇ ਆ ਜਿਨ੍ਹਾਂ ਨੇ ਹਸਪਤਾਲ 'ਚ ਕੰਮ ਕਰਨਾ ਉਹ ਵੀ ਕੋਵਿਡ ਹੋਸਪਿਟਲ ਉਹਨਾਂ ਨੇ ਪਾਉਣੇ ਹੁੰਦੇ ਆ ਇੱਥੇ ਤਾਂ ਮਿਨਿਸਟਰਾਂ ਦੇ PA ਮੈਨੇ ਬਾਥਰੂਮ 'ਚ ਪਾਉਂਦੇ ਦੇਖੇ ਵਿੱਚ ਜਿਹੜੀ ਹੈਗੀ ਲੋਕਾਂ ਕੋਲੋਂ ਧੱਕੇ ਨਾਲ ਖਰੀਦ ਕੇ ਲੈ ਉੱਥੋਂ ਇਹਨਾਂ ਨੂੰ ਆਪਣੇ ਆਪ 'ਤੇ ਇਹਨਾਂ ਨੂੰ ਜਿਹੜੀ ਸਰਵਿਸਿਸ ਦੇ ਰਹੇ ਹੈ ਲੋਕਾਂ ਨੂੰ ਉਹ 'ਤੇ ਵਿਸ਼ਵਾਸ ਹੀ ਨਹੀਂ ਹੈ ਇਹਨਾਂ ਨੂੰ ਕਦੀ ਵੀ ਨਹੀਂ ਕੋਈ ਮਿਨਿਸਟਰ ਐਸਾ ਹੋਇਆ ਜਿਹੜਾ ਹੈਗਾ ਉਹ ਜਲੰਧਰ ਵਾਲੇ ਹੋਸਪਿਟਲ 'ਚ ਉਹਨੇ ਇਲਾਜ ਕਰਾਇਆ ਹੋਵੇ ਮੋਹਾਲੀ ਵਾਲਾ ਜਿਹੜਾ ਹੈਗਾ ਜਿਹਨੂੰ ਕਹਿੰਦੇ ਆ ਵਰਲਡ ਕਲਾਸ ਸਿਟੀ ਜਾ ਕੇ ਦੇਖ ਲਿਓ ਉੱਥੇ ਵਰਲਡ ਕਲਾਸ ਸਿਟੀ ਕੱਲ ਪਰਸੋਂ ਤੋਂ ਮੈਂ ਦੇਖਿਆ ਸੀਗਾ ਪਾਣੀ ਦੌੜਿਆ ਫਿਰਦਾ ਸੀਗਾ ਉੱਥੇ ਸਾਰਾ ਸੋ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਜਦੋਂ ਕੋਰੋਨਾ ਹੋਇਆ ਤਾਂ ਫੋਰਟਿਸ 'ਚ ਇਲਾਜ ਕਰਾਇਆ ਫੋਰਟਿਸ 'ਚ ਬੈਠਾ ਕੋਈ ਮੈਕਸ 'ਚ ਬੈਠਾ ਇਹ ਮਤਲਬ ਉੱਥੋਂ ਫਿਰ ਸ਼ੋਅ ਹੁੰਦਾ ਕਿ ਇਹਨਾਂ ਨੂੰ ਲੋਕ ਹਿੱਤ ਨਹੀਂ ਹੈ ਇਹਨਾਂ ਨੂੰ ਸਿਰਫ ਆਪਣਾ ਹਿੱਤ ਹੈ ਵੀ ਮੇਰਾ ਢਿੱਡ ਜਿਹੜਾ ਹੈਗਾ ਉਹ ਭਰਿਆ ਰਹੇ ਮੈਂ ਮੇਰੀ ਫੈਮਿਲੀ ਸੁਰੱਖਿਅਤ ਰਹੇ ਮੈਂ ਸੁਰੱਖਿਅਤ ਰਹਾਂ ਲੋਕ ਭਾਵੇਂ ਮਰਨ ਭਾਵੇਂ ਜੋ ਆ ਤੁਸੀਂ ਪਿੱਛੇ ਜੇ ਤੁਸੀਂ ਦੇਖਿਆ ਜਿਹੜੀ ਸਾਰੀ ਜਦੋਂ ਕੋਰੋਨਾ ਦੀ ਆਪਾਂ ਗੱਲਾਂ ਕਰਦੇ ਆਪਾਂ ਆਕਸੀਜਨ ਦੀ ਗੱਲ ਕਰਦੇ ਸੀ ਜੀ ਹੈ ਨਾ ਆਕਸੀਜਨ ਜਿਹੜੀ ਹੈਗੀ ਆ ਉਹ ਇਹਦਾ ਪਹਿਲਾ ਇਲਾਜ ਹੈ ਅਤੇ ਪੰਜਾਬ ਗੌਰਮੈਂਟ ਨੇ ਮੈਂ ਪਿੱਛੇ ਇਹਨਾਂ ਕੋਲੋਂ ਇਨਕੁਆਇਰੀ ਪਾਈ ਹੋਈ ਹੈ ਜੀ ਮੰਨਦੇ ਨਹੀਂ ਪਏ ਹੁੰਦੀ ਘੜੀ 16,850 ਰੁਪਏ ਦਾ ਜਿਹੜਾ ਸਿਲੰਡਰ ਇੱਕ ਖਰੀਦਿਆ ਉਹਦਾ ਜਿਹੜਾ ਮਾਰਕੀਟ ਦੇ ਵਿੱਚ ਹੋਰ ਕਿਤੋਂ ਆਪਾਂ ਖਰੀਦਿਆ ਮੈਂ 2 ਕੋਟੇਸ਼ਨਸ ਇਹਨਾਂ ਨੂੰ ਨਾਲ ਭੇਜੀਆਂ ਉਹ ਇੱਕ ਨੇ ਕਿਹਾ ਵੀ ਮੈਂ 11,000 ਰੁਪਏ ਦਾ ਦੇਣ ਨੂੰ ਤਿਆਰ ਹਾਂ ਦੂਸਰੇ ਨੇ ਕਿਹਾ ਕਿ ਮੈਂ 12,500 ਰੁਪਏ ਦਾ ਦੇਣ ਨੂੰ ਤਿਆਰ ਹਾਂ ਇਹਨਾਂ ਨੇ 16,850 ਰੁਪਏ ਦਾ ਖਰੀਦਿਆ ਮਤਲਬ ਉਸੇ ਸ਼ਾਪ ਤੋਂ ਉਸੇ ਫੈਕਟਰੀ ਤੋਂ ਨਾ ਫੈਕਟਰੀ ਤਾਂ ਇਹਨਾਂ ਦੀ ਆਪਣੀ ਹੁੰਦੀ ਹੈ ਨਾ ਜਿਹੜਾ ਮਿਨਿਸਟਰ ਹੁੰਦਾ ਉਹਦੀ ਫੈਕਟਰੀ ਹੁੰਦੀ ਆ ਉਹ ਓਕੇ 33 ਸਾਲ ਮੈਨੇ ਨੌਕਰੀ ਕੀਤੀ ਹੈ 33 ਸਾਲਾਂ ਦੇ ਵਿੱਚ ਮੈਂ ਕਦੀ ਨਹੀਂ ਦੇਖਿਆ ਕਿ ਜਿਹੜੀਆਂ
क्योंकि जिदे को मसाला इन्होंने ज्यादा मिलता वो खरीद लेंगे। एक एक सिलेंडर पिछे इन्होंने 4,000 तो लैके 5,500 रुपए तक वादू खरीदया, जवाब दे देने डिपार्टमेंट ਇਹ ਜਿਹੜਾ ਹੁਣ ਇਹ ਜਿਹੜਾ ਵਜ਼ੀਫਾ ਹੈਗਾ ਐਸਸੀ ਐਸਟੀ ਵਾਲਿਆਂ ਦਾ ਉਹ ਕੋਈ ਕਾਂ ਖਾ ਗਏ? ਹਾਂ, ਫਾਦੂ ਸਿੰਘ ਧਰਮਸੋਤ ਤੇ ਨੇ ਇਲਜ਼ਾਮ ਲੱਗੇ ਨੇ। ਇਲਜ਼ਾਮ ਹੀ ਨਹੀਂ ਲੱਗੇ ਉਹਦੇ 'ਚ, ਜਿਹੜਾ ਤੁਹਾਡਾ ਜਿਹੜਾ ਸੈਕਟਰੀ ਹੈਗਾ ਪ੍ਰਿੰਸੀਪਲ ਸੈਕਟਰੀ ਉਹ ਲਿਖ ਕੇ ਦੇ ਰਿਹਾ ਵੀ ਇਹ ਗਲਤ ਹੋਇਆ, ਤੁਸੀਂ ਉਸ ਨੂੰ ਬਦਲੀ ਕਰਕੇ ਤੁਸੀਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ। ਔਰ ਤੁਸੀਂ ਦੇਖੋ ਬਸ਼ਰਮੀ ਦੀ ਸਭ ਤੋਂ ਵੱਡੀ ਗੱਲ ਕਿ ਮਿਨਿਸਟਰ ਜਿਹੜੇ ਹੈਗੇ ਨੇ, ਜੇ ਛੁੱਟੀ ਵੀ ਸੈਕਸ਼ਨ ਕਰਾਉਣੀ ਹੋਵੇ ਨਾ ਤਾਂ ਫਾਈਲ ਮਿਨਿਸਟਰ ਤੱਕ ਜਾਣੀ ਚਾਹੀਦੀ ਹੈ। ਅਤੇ ਹੁਣ ਜੇ ਆਕਸੀਜਨ ਸਿਲੰਡਰ ਮੈਨੇ ਕਿਹਾ ਤਾਂ ਇਹ ਕਹਿਣਗੇ ਨਹੀਂ ਜੀ ਕਿਸੇ ਥੱਲੇ, ਜੇ ਕਰਨਗੇ ਵੀ ਤਾਂ ਕਿਸੇ ਥੱਲੇ ਵਾਲੇ ਨੂੰ ਟੰਗ ਦੇਣਗੇ। ਮਤਲਬ ਛੁੱਟੀ ਲੈਣੀ ਹੋਵੇ ਤਾਂ ਇੰਪਲਾਈ ਦੀ ਫਾਈਲ ਤੁਹਾਡੇ ਤੱਕ ਜਾਂਦੀ ਹੈ, ਕਿਉਂਕਿ ਸਾਰਾ ਮਸਾਲਾ ਤੁਹਾਡੇ ਕੋਲ ਹੋਣਾ ਚਾਹੀਦਾ। ਕਿਸੇ ਸੀਨੀਅਰ ਮਤਲਬ ਸਿਵਲ ਸਰਜਨ ਦੀ ਜਾਂ ਹਰੇਕ ਕਿਸੇ ਦੀ ਵੀ ਛੁੱਟੀ ਲੈਣੀ ਹੋਵੇ ਤਾਂ ਉੱਥੇ ਤੱਕ ਜਾਂਦੀ ਹੈ, ਬਦਲੀ ਜਾਣੀ ਹੋਵੇ ਤਾਂ ਉੱਥੇ ਤੱਕ ਜਾਂਦੀ ਹੈ। ਆਹ ਸਾਡਾ ਜਿਹੜਾ ਮੰਤਰੀ ਸੀਗਾ, ਇਹਨੇ ਜਿੱਦਣ ਜੁਆਇਨ ਕੀਤਾ ਸੀ ਪਹਿਲੇ ਦਿਨ ਆਰਡਰ, ਸਭ ਤੋਂ ਪਹਿਲਾਂ ਪਤਾ ਕੀ ਕੀਤਾ ਸੀ? ਕਿਸੇ ਵੀ ਮੁਲਾਜ਼ਮ ਦੀ ਕਰਮਚਾਰੀ ਅਧਿਕਾਰੀ ਦੀ ਬਦਲੀ ਜਿਹੜੀ ਹੈਗੀ ਹੈ ਉਹ ਮੇਰੇ ਪੁੱਛਣ ਤੋਂ ਬਗੈਰ ਨਹੀਂ ਹੋਣੀ ਚਾਹੀਦੀ। ਲਓ ਜੀ, ਬਦਲੀਆਂ ਤੁਹਾਡੇ ਕੋਲ ਚਾਹੀਦੀਆਂ ਨੇ, ਹੱਥ 'ਚ ਤੁਸੀਂ ਜਿਹੜੇ ਹੈਗੇ ਕੋਈ ਅਪਾਇੰਟਮੈਂਟ ਲੈਟਰ ਉਹ ਤੁਸੀਂ ਉਹਦੇ ਹੱਥ 'ਚ ਫੜਾਓ, ਚਾਰਜਸ਼ੀਟ ਤੁਹਾਡੇ ਕੋਲੋਂ ਘੁੰਮ ਕੇ ਆਵੇ, ਛੁੱਟੀਆਂ ਤੁਸੀਂ ਸੈਂਕਸ਼ਨ ਕਰੋ ਅਤੇ ਫਿਰ ਜ਼ਿੰਮੇਵਾਰੀ ਲਓ। ਫਿਰ ਉਹ ਬੰਦਾ ਕੰਮ ਵੀ ਨਹੀਂ ਕਰੇਗਾ, ਸਿਵਲ ਸਰਜਨ ਜ਼ਿੰਮੇਵਾਰੀ ਇਹ ਲੈਣ ਨਾ ਜੀ। ਅੱਜ ਜਿਹੜਾ ਹੁਣ ਮੈਂ ਕਹਿ ਰਿਹਾ ਕਿ ਜਾਂ ਇਹ ਕਹਿ ਦੇਣੇ ਕਿ ਇਹਨਾਂ ਨੇ 4,000 ਤੋਂ 5,000 5,500 ਦੇ ਘੱਟ ਜਿਹੜਾ ਹੈਗਾ ਉਹ ਨਹੀਂ ਖਰੀਦਿਆ। ਤੁਹਾਨੂੰ ਜੀ ਯਾਦ ਹੋਵੇ ਪੀਪੀ ਕਿੱਟਾਂ ਦਾ ਤਾਂ ਜਿਹੜਾ ਪਹਿਲੇ ਮਹੀਨੇ ਰੌਲਾ ਪੈ ਗਿਆ ਸੀਗਾ ਅੰਮ੍ਰਿਤਸਰ ਮੈਡੀਕਲ ਕਾਲਜ, ਤਾਂ ਫਿਰ ਕੌਣ ਜ਼ਿੰਮੇਵਾਰ ਬਣੇਗਾ ਮਿਨਿਸਟਰ? ਫਿਰ ਮਿਨਿਸਟਰਾਂ ਦੀ ਕਿਉਂ ਨਹੀਂ ਜ਼ਿੰਮੇਵਾਰੀ ਫਿਕਸ ਹੁੰਦੀ? ਅੱਜ ਮੈਂ ਫਿਰ ਦੁਹਰਾਵਾਂਗਾ ਇਸ ਗੱਲ ਵਾਸਤੇ ਕਿ ਜੇ ਸਾਡੇ ਡਾਕਟਰ ਦਾ ਜਿਹੜਾ ਹੈਗਾ ਚਲਾਨ ਹੋ ਸਕਦਾ ਸੀ ਇਕੱਲੇ ਬੈਠੇ ਦਾ, ਅਤੇ ਇਹ ਜਿਹੜੇ ਚੀਫ ਮਿਨਿਸਟਰ ਹੋਵੇ ਚਾਹੇ ਉਹ ਰਾਹੁਲ ਗਾਂਧੀ 'ਚ ਹੋਣ ਚਾਹੇ ਉਹ ਦੂਜਾ ਹੋਵੇ, ਉਹਨਾਂ ਸਾਰਿਆਂ ਦੇ ਚਲਾਨ ਹੋਣੇ ਚਾਹੀਦੇ, ਚਾਹੇ ਹਰੀਸ਼ ਰਾਵਤ ਹੋਣ, ਕੁਛ ਵੀ ਹੋਰ, ਉਹਨਾਂ ਸਾਰਿਆਂ ਦੇ ਚਲਾਨ ਹੋਣੇ ਚਾਹੀਦੇ ਨੇ। ਇਹੀ ਬੰਦੇ ਸੀਗੇ ਜਿਹਨਾਂ ਦੇ ਆਰਡਰਾਂ ਦੇ ਉੱਤੇ ਚਲਾਨ ਹੁੰਦੇ ਸਰ। ਕਰੇਗਾ ਕੌਣ? ਲੋਕ ਮੁੱਖ ਮੰਤਰੀ ਦਾ ਚਲਾਨ? ਨਾ, ਲੋਕ ਕਰਨਗੇ, ਲੋਕ ਆਉਣ ਵਾਲੇ ਸਮੇਂ 'ਚ ਲੋਕ ਕਰਨਗੇ। ਇਹ ਜਿਹੜੇ ਅੱਜ ਆਪਾਂ ਮੀਡੀਆ 'ਤੇ ਬੈਠੇ ਅਤੇ ਗੱਲਾਂ, ਇਹ ਗੱਲਾਂ ਜਿਹੜੀਆਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਜੀ। ਮੈਂ ਸਾਰੇ ਮੀਡੀਆ ਨੂੰ ਰਿਕੁਐਸਟ ਕਰਾਂਗਾ ਕਿ ਇਹ ਜਿਹੜੇ ਚਲਾਨ ਇਹਨਾਂ ਨੇ ਕੱਟੇ ਨੇ, ਇਹਨਾਂ ਦੇ ਚਲਾਨ ਫਿਰ ਹੁਣ ਕੱਟੇ ਜਾਣੇ ਚਾਹੀਦੇ ਜਦੋਂ ਵੋਟ ਮੰਗਣ ਆਉਂਦੇ ਨੇ। ਉਹੀ ਇੱਕ ਤਰੀਕਾ ਤੁਹਾਡੇ ਕੋਲ, ਹੋਰ ਤਾਂ ਇਹਨਾਂ ਦਾ ਕੋਈ ਤਰੀਕਾ ਨਹੀਂ ਹੈ ਕੁਛ? ਕੋਈ ਤਰੀਕਾ ਨਹੀਂ। ਹਾਂ, ਕੋਰਟਾਂ ਇਹਨਾਂ ਨੇ ਸਾਂਭੀਆਂ ਹੋਈਆਂ ਨੇ ਵਿੱਚ ਜਿਹੜੀਆਂ ਹੈਗੀਆਂ ਨੇ। ਕਿੰਨੇ ਸਾਰੇ ਇਲਜ਼ਾਮ ਲੱਗ ਗਏ ਵੀ ਕੋਰਟ ਵਾਲੇ ਨੇ ਇਸ ਨੇ ਸਾਂਭਿਆ ਹੋਇਆ ਜੀ, ਜੇ ਇਨਕੁਆਇਰੀ ਬਣਾਉਂਦੇ ਨਹੀਂ 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 ਦੇਖੋ ਅਸੀਂ ਆਪਣੇ ਚੈਨਲ 'ਤੇ ਇਹ ਗੱਲ ਤਾਂ ਬਿਲਕੁਲ ਨਹੀਂ ਕਹਿ ਸਕਦੇ ਵੀ ਕੋਰਟਾਂ ਇਹਨਾਂ ਨੇ ਸਾਂਭੀਆਂ ਹੋਈਆਂ। ਰੋਜ਼ ਇਲਜ਼ਾਮ ਲੱਗਦੇ ਆ? ਨਹੀਂ, ਲੋਕ ਬੇਸ਼ੱਕ ਲੱਗਦੇ ਹੋਣ, ਲੇਕਿਨ ਜਿਹੜੀ ਨਿਆਇਪਾਲਿਕਾ ਦੇ ਉੱਤੇ ਸਾਡਾ ਚੈਨਲ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ। ਨਹੀਂ, ਮੇਰਾ ਕਹਿਣ ਦਾ ਮਤਲਬ ਹੈਗਾ ਤੁਸੀਂ ਦੇਖੋ ਜੋ ਪ੍ਰਸ਼ਾਂਤ ਭੂਸ਼ਣ ਦੇ ਵਿੱਚ ਜੋ ਕੁਝ ਵੀ ਹੋਇਆ, ਕਿੰਨੇ ਸਾਰੇ ਲੋਕਾਂ ਨੇ ਇਸੇ ਗੱਲ ਬਿਲਕੁਲ ਬਿਲਕੁਲ ਪ੍ਰਸ਼ਾਂਤ ਭੂਸ਼ਣ ਨੇ ਸਿੱਧਾ ਸੁਪਰੀਮ ਕੋਰਟ ਦੇ ਜੱਜ ਤੇ ਇਲਜ਼ਾਮ ਲਗਾਏ ਔਰ ਉਹਨਾਂ ਨੇ ਇਲਜ਼ਾਮ, ਚਲੋ ਮੈਂ ਕਹਿੰਦਾ ਵੀ ਉਹ ਇਲਜ਼ਾਮ ਸੱਚੇ ਨੇ ਝੂਠੇ ਹੋਣਾ ਉਸ ਦਾ ਇਸ਼ੂ ਨਹੀਂ ਹੈ। ਇਸ਼ੂ ਇਹ ਹੈਗਾ ਕਿ ਇਹਨਾਂ ਲੋਕਾਂ ਦੇ ਉੱਤੇ ਨੀਚੇ ਤੋਂ ਨੀਚੇ ਗੱਲ ਤੋਂ ਲੈ ਕੇ ਉੱਪਰ ਤੱਕ ਹਾਈਐਸਟ ਤੱਕ ਜੀ ਇਹ ਇਲਜ਼ਾਮ ਲੱਗਦੇ ਨੇ, ਉਸਦੀ ਧਮਕੀ ਦੇ ਕੇ ਇਹ ਲੋਕ ਜਿਹੜੇ ਹੈਗੇ ਨੇ ਸਾਰਿਆਂ ਨੂੰ ਥੱਲੇ ਦਬਾਈ ਬੈਠੇ ਆ ਜੀ, ਔਰ ਉਸਦਾ ਫਿਰ ਉਸਦਾ ਖਾਮਿਆਜ਼ਾ ਕੌਣ ਭੁਗਤੇਗਾ? 5 ਸਾਲਾਂ ਬਾਅਦ ਜਦੋਂ ਆਉਂਦੀਆਂ ਫਿਰ ਇਹੀ ਭੁਗਤਣਗੇ, ਫਿਰ ਇਹ ਭੁਗਤਣਗੇ। ਹਾਂ, ਤੇ ਫਿਰ ਮੈਂ ਤਾਂ ਤੁਸੀਂ ਕਹਿ ਰਹੇ ਵੀ ਚਲਾਨ ਕੌਣ ਕਰੇਗਾ, ਮੈਂ ਕਿਹਾ ਵੀ ਲੋਕ ਚਲਾਨ ਕਰਨਗੇ। ਹਾਂ ਬਿਲਕੁਲ, ਪਰ ਲੋਕਾਂ ਨੂੰ ਚਲਾਨ ਕਰਨਾ ਚਾਹੀਦਾ ਬਲਕਿ ਜੀ ਜੀ। ਅੱਜ ਤੱਕ ਲੋਕ ਇੰਨੇ ਜਾਗਰੂਕ ਨਹੀਂ ਹੋਏ, ਲੋਕਾਂ ਨੂੰ ਚਾਹੀਦਾ ਕਿ ਵੋਟ ਹੀ ਹੈ ਜਿਹੜੀ ਤੁਹਾਡੇ ਹੱਥ 'ਚ ਹੈਗੀ ਹੈ। ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਸੱਚ ਕੀ ਹੈ ਝੂਠ ਕੀ ਹੈ, ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਸ਼ਾਇਦ ਇਸੇ ਕਰਕੇ ਲੋਕਾਂ ਨੇ ਅੱਜ ਦੀ ਰੇਟ ਦੇ ਵਿੱਚ ਮਾਸਕ ਪਾਉਣੇ ਘਟਾ ਦਿੱਤੇ ਹੈ, ਇਹ ਵੀ ਇੱਕ ਕਾਰਨ ਰਿਹਾ। ਨਹੀਂ, ਡਰ ਖਤਮ ਹੋ ਗਿਆ ਲੋਕਾਂ ਦੇ, ਮਾਸਕ ਦੀ ਜਦੋਂ ਤੁਹਾਡਾ ਆਪ ਹੀ ਤੁਸੀਂ ਲੱਖਾਂ ਲੋਕ ਲੈ ਕੇ ਸੜਕਾਂ ਦੇ ਦੁਆਲੇ ਘੁੰਮੀ ਜਾਂਦੇ ਹੋ ਤਾਂ ਫਿਰ ਲੋਕ ਉੱਥੇ ਕੀ ਕਰਨਗੇ? ਉਹ ਵੀ ਤਾਂ ਸਾਡੇ ਭੈਣ ਭਰਾ ਹੀ ਹੈ ਜੀ, ਠੀਕ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਮਿਸਗਾਈਡ ਕੀਤਾ ਹੋਇਆ। ਤੁਹਾਨੂੰ ਵੋਟਾਂ ਚਾਹੀਦੀਆਂ ਨੇ, ਤੁਹਾਨੂੰ ਲੋਕਾਂ ਦੀ ਸਿਹਤ ਜਾਂ ਸਿੱਖਿਆ ਨਹੀਂ ਚਾਹੀਦੀ ਵਿੱਚ ਜੀ, ਦੋਵੇਂ ਗੱਲਾਂ ਹੋਣੀ ਹੋਈਆਂ। ਮੈਂ ਇੱਕ ਦਰਸ਼ਕਾਂ ਤੋਂ ਜ਼ਰੂਰ ਪ੍ਰਸ਼ਨ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਡਾਕਟਰ ਵੀ ਹੋ, ਸਿਵਲ ਸਰਜਨ ਰਿਟਾਇਰ ਹੋਏ ਹੋ, ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੋਰੋਨਾ ਤੋਂ ਬਚਣ ਦੇ ਲਈ, ਤਾਂ ਕਿ ਘੱਟੋ ਘੱਟ ਉਹ ਆਪਣੀ ਸਿਹਤ ਦੀ ਰੱਖਿਆ ਕਰ ਸਕਣ, ਭਾਵੇਂ ਉਹ ਕਿਸਾਨ ਹੈ ਭਾਵੇਂ ਆਮ ਲੋਕ? ਇੱਕ ਗੱਲ ਨੂੰ ਆਪਾਂ ਨੂੰ ਜ਼ਰੂਰ ਮੰਨਣਾ ਪਏਗਾ ਜੀ ਕਿ ਕੋਈ ਵੀ ਬਿਮਾਰੀ ਹੋਵੇ ਉਹ ਇਕੱਲੀ ਸਰਕਾਰ ਨਹੀਂ ਉਸ 'ਤੇ ਕੰਟਰੋਲ ਕਰ ਸਕਦੀ ਜੀ, ਜਿੰਨੀ ਦੇਰ ਤੱਕ ਲੋਕ ਕੋਆਪਰੇਟ ਨਹੀਂ ਕਰਦੇ।
ये तो एज ए हैल्थ ऑफिसर मैं भी कहांगा बच्चे आप अगे पहला जी है ने मतलब सरकार कमियां गिनाने की कोशिश की है कई गल्ला है जी सरकार भी कर रही है लेकिन जो बीमारी तो कंट्रोल पाना है तो फिर अपन कोऑपरेशन दोनों कोऑपरेशन बिल्कुल सुनेहा देना बहुत जरूरी है हाँ दोनों जरूरी है वो बेसिकली सब तो वड्डी गल यही आई सी कि बिना काम तो तुम घरों बाहर ना निकलो जी एक गल बार बार आई सी ये जिहड़े मेले की गल हैगी मैं तो इत्थे तक भी कहता कि रब तुहाडे कोलों नाराज नहीं होने लग्या ये मस्या संक्रांत ठहर के कर लियो जी जी बिल्कुल बिल्कुल जिथे तुहाडा जरूरी हैगा क्योंकि धर्म नूं आपां मन के चलदे कि जीवन जांच है वो तो आप फिर सीख ली होनी चाहिए अपने अपने हिसाब नाल जी हाँ उसनू यूज़ करना आपां सैलीब्रेट नहीं करना जिन्ना आपां घट जगह पर जावांगे चाहे कोई सोशल फंक्शन हो चाहे कोई धार्मिक फंक्शन होनू अवॉयड करने की कोशिश करो जिते अपना नहीं सरदा उत्थे जरूर जाओ हाँ बिल्कुल फर्स्ट पार्ट तो ये कि तुसी भीड़ ना करो नंबर टू वो पार्ट सेगा कि जे जाना कि थोड़ा डिस्टेंस रखो कि आप जो अपना पहला सभ्याचार बनया होया जी एक दूजे हाथ भी मिलाना है जपियां पा के भी मिलना वो ना किया जाए क्योंकि बीमारी इस तरह की सी जी टच नाल ज़्यादा फैलती है थर्ड पार्ट वो ये आता सगा कि भीड़ वाली जगह पर जाना तो मास्क पाओ जरूर क्योंकि मास्क बेसिकली तो आप मान लिया भावें एयर स्प्रैड नहीं होंगे लेकिन ये फिजिकल बैरीयर जरूर बन जाता है जो बार बार जो आप कहने ना कि ये हाथ से लग्या होया मूँह नक् अखा के चला जाता है जो है सो आप थोड़ा बचा कर सकते जो आप मास्क पा के रखते एक गैप बन जाता थोड़ा एक फिजिकल बैरीयर भी बन जाता बच्चे फिर अगे कि यह फैलता जोड़ा है टच रही ज़्यादा फैलता सो यदा हाथों को धोना जरूरी हाथों भी खास करके साबण नाल जी क्योंकि सैनीटाइजर जोड़े है वो कंपैरेटिवली लैस इफेक्टिव प्लस वो अपनी कुछ कंप्लीकेशन हाथ नाल साबण ना हाथ धोने अपनी कंप्लीकेशन नहीं है बच्चे जी फिर वो चीज़ कि जो हदायत सरकार वाले पासों इशू होंगे ने उन्होंने भी थोड़ा मनना जरूरी सगा जिस तरह दी हो देखो हूँ अल्टीमेटली जो आप इल्जाम लाना सरकार से फिर सरकार ने जो कुछ भी किया अपन मनना तो मनना तो पड़ेगा जी जो आप मना के ता ही आप इल्जाम लगावे ना जी जो आप मना नहीं तो फिर आप इल्जाम किस तरह लगावे ठीक सो य जिम्मेवारी जी सी दोनों पासे सी सरकार वाले पासे भी सी लोगों वाले पासे भी सी कोलैबोरेशन के नाल ही वड्डियां बीमारियां खत्म होंदियां ने होर भी बहुत सारी बीमारियां है जो आप कई डिस्कस करना चाहिए उस भी हमेशा ही आप एक वर्ड यूज़ करते हैं कि लोगों को भी कोऑपरेट कर कल सरकार नाल जो है सिस्टम अपना नहीं चलना सरकार दी कमियां ने दैट इज़ ए डिफरेंट इशू वो बहुत वड्डी आप डिस्कशन की पहले भी बहुत वड्डी की सो इस करके जो पार्ट है कि लोग कोऑपरेट कर प्लस ये तीन चार चीज़ें जिहड़ियां ने इंपोर्टेंट ने जिन्होंने आप याद रखना उस तो बाद सब तो वड्डी गल हैगी है कि मैं तो एक वर्ड यूज़ करता भी माँ के हाथ का बनया खाना सब तो वधिया खाना जी वो ज़्यादा इंपोर्टेंट है फास्ट फूड तो दूर रहो मार्केट के खाने तो दूर उस तो जिन्ना घट हो सकते रहो तुम कई बार आप कहने लई रुपये वास्ते तो आप कहते लेकिन रूटीन ना बनाओ उस रूटीन जो घर का खाना जो है वो सुरक्षित भी होंगे पौष्टिक भी होंगे और बाकी के मुकाबले वधिया भी होंगे और तुहाडी बॉडी नूं भी वधिया फिट बैठता मैं तो हमेशा एग्जाम्पल देना हाँ कि मिल्खा सिंह ने तो कोई बर्गर नहीं सी खादे ठीक है अज 90-95 साल की उम्र च भी अज भी वो तुरे फिरदे ने बिल्कुल पंजाब का नाम भी किया भारत का नाम भी किया लेकिन सुक्कियां रोटियां भी खादियां ने नंगे पैरी भी दौड़े ने सो इस करके ज़्यादा इंपोर्टेंट है जिहड़ा आपां जो अपना ओरिजिनल पार्ट है उहदे च रहिए जी 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 बिल्कुल पर उहदे नाल एक गल हमेशा ही आपां किसानां दी भी कीती है मैं हमेशा कहना ना कि उन्होंने भी कहना चाहिए कहना कही है कि भाई तुसी बचो मास्क लगा के रखो अपने बच्चे भी पालने जो आप मतलब पैसे के हिसाब बचा के रखना अपा सेहत पक्षों भी बचा के रखना डॉक्टर दलेर सिंह मुल्तानी जिन्होंने बिल्कुल साफ सुथरी गल तो कह दिती है कि करोना काल है इस तो बचना ही चाहिए भावें किसान अपने आप को बचा के रखन या ना रखन नेता भावें इस उत्ते राजनीति करन मास्क पाउन या ना पाउन लेकिन सच यही है कि करोना काल दे विच मास्क तुहानू बचा सकता है सैनिटाइज करना हाथ धोना ये बचा सकता है ता ही तुसी अपने जीवन को सुरक्षित रख सकते हो जे तुसी हो तो जहान है जे तुसी नहीं तो फिर जहान भी नहीं डॉक्टर दलेर सिंह मुल्तानी जी तुसी सानू समा दिता बहुत बहुत धन्यवाद थैंक यू तो ये साढ़े नाल सन डॉक्टर दलेर सिंह मुल्तानी ताज़िया अते नवीं खबरों लई जुड़े रहो स्काई न्यूज़ पंजाब के नाल